ਫਾਜ਼ਿਲਕਾ ਦੇ ਵਿੱਚ ਸਾਂਝਾ ਅਧਿਆਪਕ ਮੋਰਚਾ ਵੱਲੋਂ BPEO ਦਫ਼ਤਰ ਦੇ ਬਾਹਰ ਫੂਕਿਆ ਗਿਆ ਪੰਜਾਬ ਸਰਕਾਰ ਦਾ ਪੁਤਲਾ ਕੀਤੀ ਗਈ ਨਾਰੇਬਾਜ਼ੀ। ਫਾਜ਼ਿਲਕਾ ਦੇ ਵਿੱਚ ਸਾਂਝਾ ਅਧਿਆਪਕ ਮੋਰਚਾ ਵੱਲੋਂ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਵੀ ਕੀਤੀ ਗਈ। ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫੀਸਰ ਦੇ ਦਫ਼ਤਰ ਦੇ ਬਾਹਰ ਇਹ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਬੇਰੁਜ਼ਗਾਰ ETT ਅਧਿਆਪਕਾਂ ਤੇ ਟਾਏ ਗਏ ਤਸ਼ੱਦਦ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ CM ਸਿਕਿਉਰਿਟੀ ਦੇ ਇੱਕ ਗਾਰਡ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਤੇ ਲਾਠੀਚਾਰਜ ਕੀਤਾ ਗਿਆ, ਜਿਸ ਘਟਨਾ ਦੀ ਉਹ ਨਿੰਦਾ ਕਰਦੇ ਹਨ। ਇਸ ਦੇ ਨਾਲ ਹੀ ਆਪਣੀਆਂ ਜਾਇਜ਼ ਮੰਗਾਂ ਦੇ ਚਲਦਿਆਂ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਅੱਜ ਦਾ ਪ੍ਰਦਰਸ਼ਨ ਜੋ ਸਾਂਝਾ ਅਧਿਆਪਕ ਮੋਰਚਾ ਵੱਲੋਂ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ, ਜੋ ਪਿਛਲੇ ਦਿਨੀ ਮਾਨਸਾ ਦੇ ਵਿੱਚ ਬੇਰੁਜ਼ਗਾਰ ETT ਅਧਿਆਪਕਾਂ ਉੱਪਰ ਜੋ CM ਦਾ ਸਿਕਿਉਰਿਟੀ ਗਾਰਡ ਨੇ ਅੰਨੇ ਵੱਤ ਸਿੱਧ ਕੀਤਾ। ਇੱਕ ਤਾਂ ਉਸ ਨੂੰ ਤੁਰੰਤ ਸਸਪੈਂਡ ਕਰਨ ਦੀ ਗੱਲ ਕੀਤੀ ਗਈ, ਇੱਕ ਜੋ ਪੰਜਾਬ ਸਰਕਾਰ ਨੇ 6ਵਾਂ ਪੇ ਕਮਿਸ਼ਨ ਲੰਗੜਾ ਲਾਗੂ ਕੀਤਾ ਉਸ ਦੇ ਸੰਬੰਧ ਵਿੱਚ ਜੋ ਪਿਛਲਾ ਬਾਰਡਰ ਲਾਉਂਸ ਕਰ ਦਿੱਤਾ। ਆ ਹੁਣ ਕੱਲ੍ਹ ਦਾ ਇੱਕ ਲੈਟਰ ਆਇਆ ਰੂਰਲ ਏਰੀਆ ਜੋ ਸਾਰੇ ਲੋਕਾਂ ਨੂੰ ਜੋ ਕਰਮਚਾਰੀ ਮਿਲਦਾ ਉਹ ਕੱਟਿਆ ਗਿਆ, ਉਸ ਨੂੰ ਦੁਬਾਰਾ ਲਾਗੂ ਕਰਨ ਦੀ ਗੱਲ ਕੀਤੀ ਗਈ। ਜੋ ਪੁਰਾਣੀ ਪੈਨਸ਼ਨ ਬਜ਼ੁਰਗ ਸਮੇਂ ਕਮਜ਼ੋਰੀ ਹੁੰਦੀ ਹੈ ਉਸ ਨੂੰ ਬਹਾਲ ਕਰਾਉਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ। ਇਹ ਜਿਹੜਾ RA ਕੱਟਿਆ ਗਿਆ ਹੈ, ਇਸ ਦਾ ਨੁਕਸਾਨ ਕੀ ਸਿਰਫ ਅਧਿਆਪਕਾਂ ਨੂੰ ਹੈ? ਨਹੀਂ ਜੀ, ਇਹ ਤਾਂ ਨੁਕਸਾਨ ਪੂਰੇ ਜਿੰਨੇ ਵੀ ਪੰਜਾਬ ਦੇ ਮੁਲਾਜ਼ਮ ਹਨ ਉਹਨਾਂ ਸਾਰਿਆਂ ਨੂੰ ਨੁਕਸਾਨ ਹੈ ਜੀ। ਅਤੇ ਇਸ ਦੇ ਬਾਰੇ ਹੁਣ ਸਾਂਝਾ ਮੋਰਚਾ ਦੇ ਅਗਲੇ ਪ੍ਰੋਗਰਾਮ ਇਸ ਤੋਂ ਅਗਲਾ ਸਾਡਾ ਸਟੇਟ ਦਾ ਜਿੱਦਾਂ ਵੀ ਸਟੇਟ ਬੋਡੀ ਸਾਨੂੰ ਕੋਈ ਐਕਸ਼ਨ ਦੇਵੇਗੀ ਅਸੀਂ ਉਹ ਜ਼ਿਲ੍ਹਾ ਪੱਧਰ 'ਤੇ ਜਾਂ ਪੰਜਾਬ ਪੱਧਰ 'ਤੇ ਉਹ ਅਸੀਂ ਕਰਾਂਗੇ।